6-7 ਮਹੀਨੇ ਹੋ ਗਏ ਨਾ, ਆ 6 ਕੁ ਮਹੀਨੇ ਹੋਏ ਨੇ ਮੈਂ ਤਾਂ, ਹਾਂ ਠੀਕ ਹੈ, ਤੇ ਤਕਰੀਬਨ ਉਹਨੂੰ ਲੱਗਿਆ ਤਾਂ ਬਹੁਤ ਵੱਡੇ ਵੱਡੇ 600-600 ਗ੍ਰਾਮ ਦੇ ਲੱਗੇ ਨੇ ਵੈਸੇ ਉਹਨੂੰ, ਉਹ ਕਿਲੋ ਤੇ ਮੈਂ ਤੁਹਾਨੂੰ ਕਿਹਾ 2-3 ਹੀ ਚੜਦੇ ਆ ਬਸ, ਬਸ ਬਸ, ਹਾਂਜੀ ਹਾਂਜੀ, ਤੇ 6 ਵਾਸੀ ਆਪ ਤੋਲੇ, ਉਹ ਜਿਹਨੂੰ ਕਹੀਦਾ ਵੀ ਇਹ ਕਰਦੇ ਨਹੀਂ ਝੂਠ ਬੋਲਦੇ, ਮੈਂ ਇੱਕ ਦਿਨ ਫਿਰ ਆਏ ਰਿਸ਼ਤੇਦਾਰ ਤੋਂ ਉਹਨਾਂ ਨੂੰ ਖਵਾਏ, ਕਹਿੰਦੇ ਵਾਕਿਆ ਹੀ ਨਾਲੇ ਅਮਰੂਦ ਮਿੱਠਾ ਵੀ ਹੈ ਜੀ, ਜੀ ਨਾਲੇ ਐਡਾ ਵੱਡਾ ਵੀ 600 ਗ੍ਰਾਮ ਦਾ ਮੈਂ ਤੋਲ ਕੇ ਲਿਆਂਦਾ ਦੁਕਾਨ ਤੋਂ ਜੀ ਜੀ, ਤੇ 600 ਗ੍ਰਾਮ ਦਾ ਲੱਥਾ ਪਹਿਲੀ ਵਾਰ ਵੇਖਿਆ ਵੀ 600 ਗ੍ਰਾਮ ਦੇ ਅਮਰੂਦ ਹੁੰਦੇ। ਸੋ ਇੱਥੇ ਤੁਸੀਂ ਹੁਣ ਇਹ ਨਾ ਸੋਚਿਓ ਵੀ ਇਹ 1 ਕੇਜੀ ਵੈਰਾਈਟੀ ਹੋਊਗੀ, ਜਿਹੜਾ ਬਦਾਮਾਂ ਦਾ ਬੂਟਾ ਤੁਹਾਡੇ ਤੋਂ ਲੈ ਗਏ ਸੀ ਜੀ ਜੀ, ਉਹਨੂੰ 55 ਲੱਗੇ ਸੀ ਜੀ ਜੀ, ਤੇ ਉਹ ਠੀਕ ਠਾਕ ਹੈ, ਉਹ ਸਹੀ ਚੱਲ ਰਿਹਾ ਜੀ ਜੀ, ਤੇ ਹਲੇ ਫੁੱਟਣ ਵਾਲਾ, ਪੂਰਾ ਫੁੱਟਿਆ ਨਹੀਂ, ਹੁਣ ਤਾਂ ਬਟਾਰਾ ਆਊਗਾ ਨਾ ਅੱਗੇ ਜਾ ਕੇ, ਤੇ ਬਾਕੀ ਨਿੰਬੂਆਂ ਵਾਲੇ ਬੂਟੇ ਜੀ ਜੀ ਜੀ, ਤੇ ਉਹਨਾਂ ਨੂੰ ਲੱਗ ਗਿਆ ਜਿਹੜੇ ਪਹਿਲੇ ਉਹ ਲੈਂਦੇ ਸੀ ਉਧਰੋਂ ਜੀ ਜੀ, ਉਹਨਾਂ ਨੂੰ ਕੋਈ ਨਹੀਂ ਬਹੁਤ ਘੱਟ। ਹੁਣ ਡਾਕਟਰ ਸਾਹਿਬ ਨਾਲੇ ਇਹ ਦੱਸੋ ਉਹਨੂੰ ਕਿੰਨੇ ਸਾਲ ਹੋ ਗਏ ਭਲਾ ਲਾਇਆ ਨੂੰ? 4-4 ਸਾਲ ਹੋ ਗਏ। ਇੱਕ ਤਾਂ ਵੀਰ ਜੀ ਆਪਣੇ ਕੋਲ ਬੂਟਾ ਜਿਹੜਾ ਮਚਿਓਰ ਮਿਲੂਗਾ, ਜਿਵੇਂ ਹੁਣ ਜਿਹੜਾ ਆਹ ਮਸੰਮੀ ਲੈ ਗਿਆ ਇਹਦੀ ਘੱਟ ਤੋਂ ਘੱਟ 3 ਸਾਲ ਉਮਰ ਹੈ, ਕਈ ਬੰਦਿਆਂ ਦਾ ਇਹ ਵਹਿਮ ਹੈ ਜਿਹੜਾ, ਹੁਣ ਮੈਂ ਦੱਸ ਦਿੰਦਾ ਵੀ ਫਰੂਟ ਵਾਲੇ ਕਿਸੇ ਬੂਟੇ ਨੂੰ ਯੂਰੀਆ ਨਹੀਂ ਪੈਂਦੀ, ਜੇ ਤੁਸੀਂ DAP ਵੀ ਪਾਓਗੇ ਤਾਂ ਉਹ ਵੀ ਗੱਲ ਨੋਟ ਕਰ ਲਓ ਵੀਰੋ, ਉਹਦੇ ਵਿੱਚ ਵੀ ਗੱਟੇ ਦੇ ਉੱਪਰ ਲਿਖਿਆ ਹੁੰਦਾ ਹੈ 0-18-46 18% ਯੂਰੀਆ ਉਹਦੇ ਵਿੱਚ ਵੀ ਹੈ, DAP ਚ ਵੀ। ਤੇ ਮੈਂ ਕਹਿੰਦਾ ਵੀ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ, ਇਹ ਡਾਕਟਰ ਸਾਹਿਬ ਨੇ ਇਹ ਹੁਣ ਡਾਕਟਰੀ ਦੇ ਵਿੱਚ ਹੀ ਇੰਨੀ ਉਮਰ ਹੋ ਗਈ ਇਹਨਾਂ ਦੀ, ਤੇ ਜਿਹੜੀ ਕੈਂਸਰ ਟ੍ਰੇਨ ਚੱਲਦੀ ਨਾ ਬਠਿੰਡੇ ਨੂੰ, ਉਹ ਕਾਰਨ DAP ਦਾ ਸਾਰਾ। ਇਹ ਪਲਾਂਟ ਜਿਹੜੇ ਹੈ ਇਹ ਪਹਿਲੀ ਵਾਰੀ ਹੈ ਦੇਵ ਗ੍ਰੀਨਲੈਂਡ ਨਰਸਰੀ ਦੇ ਵਿੱਚ, ਇਹ 12-ਮਾਸੀ ਮੌਸਮੀਆਂ ਸਾਡੇ ਕੋਲ ਹੈਗੀਆਂ। ਆਹ ਦੇਖੋ ਫਰੂਟ ਆ ਰਿਹਾ, ਤੇ ਇਹ ਹੁਣ ਜਿਵੇਂ ਹੁਣ ਮੌਸਮੀ ਉੱਤਰ ਜਾਣੀ ਅੱਗੇ ਜਾ ਕੇ ਆਹ ਵਾਲੇ, ਇਹ ਜਿਹੜੀ ਹੈ ਇਹਨੇ ਫਿਰ ਫਰੂਟ ਚੱਕ ਲੈਣਾ। ਸੋ ਇਹ ਬੂਟਾ ਲਾਵਾਂਗੇ, ਤੇ ਨਾਲ ਕੋਈ ਸਾਡੇ ਸੱਜਣ ਖੜੇ ਨੇ ਡਾਕਟਰ ਤਾਰਾ ਸਿੰਘ ਸੰਧੂ ਜੀ ਝੁਆਣਾ ਤੋਂ, ਤਕਰੀਬਨ ਅਸੀਂ ਉਹ ਪੁਰਾਣੀ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਹਾਲੇ ਜ਼ਖਮ ਇਹਨਾਂ ਦੇ ਅੱਲੇ ਨੇ, ਜਦੋਂ 20 ਕੁ ਬੂਟੇ ਪਾਸੋਂ ਲਿਆ ਕੇ ਲਾਏ ਸੀ, ਨਾ ਅਸੀਂ ਉਸ ਨਰਸਰੀ ਦਾ ਨਾਮ ਲੈਣਾ ਕਿਉਂ ਡਾਕਟਰ ਸਾਹਿਬ, ਤੇ ਜਿਹੜੇ ਆਪਣੇ ਬੂਟੇ ਗਏ ਆ ਉਹਨਾਂ ਬਾਰੇ ਆਪ ਦੱਸਣਗੇ ਵੀ ਕਿਵੇਂ ਦੇ ਬੂਟੇ ਆ ਉਹ। ਤੇ ਤੁਹਾਡਾ ਕੀ ਨਾਮ ਅੰਕਲ ਜੀ? ਗੁਰਮੇਜ ਸਿੰਘ। ਗੁਰਮੇਜ ਸਿੰਘ ਬੂਰਵਾਲਾ ਤੋਂ ਖੜਿਆ, ਇਹ ਵੀ ਆਪਣੇ ਕੋਲ ਪਿੱਛੇ ਬੂਟੇ ਲੈ ਗਏ ਸੀ, ਅੱਜ ਹੋਰ ਲੈਣ ਆਏ ਆ। ਤੇ ਡਾਕਟਰ ਸਾਹਿਬ ਹਾਂਜੀ ਦੱਸੋ ਡਾਕਟਰ ਸਾਹਿਬ, ਅੱਜ ਜਿਹੜਾ ਬਦਾਮਾਂ ਦਾ ਬੂਟਾ ਤੁਹਾਡੇ ਤੋਂ ਲੈ ਗਏ ਸੀ ਜੀ ਜੀ, ਉਹਨੂੰ 55 ਲੱਗੇ ਸੀ ਜੀ ਜੀ, ਤੇ ਉਹ ਠੀਕ ਠਾਕ ਹੈ, ਉਹ ਸਹੀ ਚੱਲ ਰਿਹਾ ਜੀ ਜੀ, ਤੇ ਹਲੇ ਫੁੱਟਣ ਵਾਲਾ, ਪੂਰਾ ਫੁੱਟਿਆ ਨਹੀਂ, ਹੁਣ ਤਾਂ ਬਟਾਰਾ ਆਊਗਾ ਨਾ ਅੱਗੇ ਜਾ ਕੇ। ਤੇ ਬਾਕੀ ਨਿੰਬੂਆਂ ਵਾਲੇ ਬੂਟੇ ਜੀ ਜੀ ਜੀ, ਤੇ ਉਹਨਾਂ ਨੂੰ ਲੱਗ ਗਿਆ ਜਿਹੜੇ ਪਹਿਲੇ ਉਹ ਲੈਂਦੇ ਸੀ ਉਧਰੋਂ ਜੀ ਜੀ, ਉਹਨਾਂ ਨੂੰ ਕੋਈ ਨਹੀਂ ਬਹੁਤ ਘੱਟ। ਹੁਣ ਡਾਕਟਰ ਸਾਹਿਬ ਨਾਲੇ ਇਹ ਦੱਸੋ ਉਹਨੂੰ ਕਿੰਨੇ ਸਾਲ ਹੋ ਗਏ ਭਲਾ ਲਾਇਆ ਨੂੰ? 4-4 ਸਾਲ ਹੋ ਗਏ। ਇੱਕ ਤਾਂ ਵੀਰ ਜੀ ਆਪਣੇ ਕੋਲ ਬੂਟਾ ਜਿਹੜਾ ਮਚਿਓਰ ਮਿਲੂਗਾ, ਜਿਵੇਂ ਹੁਣ ਜਿਹੜਾ ਆਹ ਮੌਸਮੀ ਲੈ ਗਿਆ ਇਹਦੀ ਘੱਟ ਤੋਂ ਘੱਟ 3 ਸਾਲ ਉਮਰ ਹੈ, ਕਈ ਬੰਦਿਆਂ ਦਾ ਇਹ ਵਹਿਮ ਹੈ ਜਿਹੜਾ ਵੱਡਾ ਬੂਟਾ ਹੁੰਦਾ ਵੀ ਉਹ ਚੱਲਦਾ ਨਹੀਂਗਾ। ਜਿਹੜੀ ਤੁਸੀਂ ਉਹਦਾ ਵੀਡੀਓ ਵੇਖ ਰਹੇ ਹੋ ਇਹ ਦੋ ਕੰਮ ਕਰ ਰਹੇ, ਇੱਕ ਤਾਂ ਆਪਾਂ ਬੂਟਾ ਲਾਉਣਾ ਦੱਸ ਰਹੇ ਹਾਂ ਤੇ ਨਾਲ ਆਪਣੇ ਸੱਜਣ ਦੱਸ ਰਿਹਾ। ਜਿਹੜਾ ਵੱਡਾ ਬੂਟਾ ਹੁੰਦਾ ਨਾ ਉਹ ਬੂਟਾ ਉਦੋਂ ਨਹੀਂ ਮਰੂਗਾ, ਇੱਕ ਤਾਂ ਉਹ ਕਲਮੀ ਨਹੀਂ ਹੋਣਾ ਚਾਹੀਦਾ, ਜੇ ਕਲਮੀ ਬੂਟਾ ਤਾਂ ਮਰੂਗਾ ਪਹਿਲੀ ਗੱਲ, ਉਹਨੇ ਇੱਥੇ ਪਹੁੰਚ ਲੈਣੀ। ਨੰਬਰ 2 ਉਹਦਾ ਬੈਗ ਵੱਡਾ ਹੋਣਾ ਚਾਹੀਦਾ ਥੱਲੇ, ਜਿਹੜੇ ਉਹਨੇ ਵੱਡੇ ਬੈਗ ਚੇਂਜ ਕੀਤੇ ਇਹ ਪਹਿਲਾਂ ਦੇ ਬੈਗ ਹੈ। ਕਈ ਵਾਰੀ ਛੋਟਾ ਬੂਟਾ ਬਾਅਦ ਚੇਂਜ ਕਰਦੇ ਆ ਉਹ ਮਰਦੇ ਆ, ਆਪਣੇ ਤਕਰੀਬਨ ਬੂਟੇ ਵੱਡੇ ਹੁੰਦੇ ਆ, ਮਚਿਓਰ ਹੁੰਦੇ ਆ, ਉਮਰ 'ਚ ਹੁੰਦੇ ਆ, ਫਲ ਵੀ ਚੱਕਦੇ ਆ ਪਹਿਲੇ ਸਾਲ ਹੀ, ਤੇ ਅੱਗੇ ਉਹਨਾਂ ਦੀ ਗਰੋਥ ਵੀ ਹੁੰਦੀ ਹੈ। ਬਾਕੀ ਭਾਈ ਸਾਡੇ ਨਾਲ ਖੜੇ ਨੇ ਬੂਰ ਵਾਲੇ, ਉਹ ਵੀ ਕੁਝ ਦੱਸਣਗੇ ਨਰਸਰੀ ਬਾਰੇ। ਹਾਂਜੀ ਅੰਕਲ ਜੀ। ਹਾਂਜੀ, ਮੈਂ ਨਾ ਇੱਥੋਂ ਲੱਗਿਆ ਸੀ ਅਮਰੂਦਾਂ ਦੇ ਬੂਟੇ ਜੀ ਜੀ, ਤੇ ਅਮਰੂਦਾਂ ਦੇ ਬੂਟੇ ਬਹੁਤ ਵਧੀਆ, ਸਿਰਫ ਫਲ ਲੱਗਿਆ ਪਹਿਲੀ ਵਾਰ ਲੱਗਿਆ ਜੀ ਜੀ, ਤੇ ਇੱਕ ਛੋਟਾ ਜਿਹਾ ਬੂਟਾ ਵੈਸੇ ਉਹਨੂੰ 15 ਕੁ ਲੱਗੇ ਸੀ। ਤੁਸੀਂ ਤੁਹਾਨੂੰ ਕਿੰਨੇ 6 ਮਹੀਨੇ ਹੋ ਗਏ ਲਗਾਉਣ ਨੂੰ? 6-7 ਮਹੀਨੇ ਹੋ ਗਏ ਨਾ? ਆ 6 ਕੁ ਮਹੀਨੇ ਹੋਏ ਨੇ ਮੈਂ, ਹਾਂ ਠੀਕ, ਤੇ ਤਕਰੀਬਨ ਉਹਨੂੰ ਲੱਗਿਆ ਤਾਂ
ਬਹੁਤ ਵੱਡੇ ਵੱਡੇ 600-600 ਗ੍ਰਾਮ ਦੇ ਲੱਗੇ ਨੇ ਵੈਸੇ ਉਹਨੂੰ ਉਹ ਕਿਲੋ ਤੇ ਮੈਂ ਤੁਹਾਨੂੰ ਕਿਹਾ ਦੋ ਤਿੰਨ ਹੀ ਚੜਦੇ ਆ ਬਸ 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 ਹਾਂਜੀ ਹਾਂਜੀ ਤੇ 6 ਅਸੀਂ ਆਪ ਤੋਲੇ ਉਹ ਜਿਹਨੂੰ ਕਹੀਦਾ ਵੀ ਇਹ ਕਰਦੇ ਨਹੀਂ ਝੂਠ ਬੋਲਦੇ ਮੈਂ ਇੱਕ ਦਿਨ ਫਿਰ ਆਏ ਰਿਸ਼ਤੇਦਾਰ ਤੋਂ ਉਹਨਾਂ ਨੂੰ ਖਵਾਏ ਕਰਦੇ ਵਾਕਿਆ ਹੀ ਨਾਲੇ ਅਮਰੂਦ ਮਿੱਠਾ ਵੀ ਹੈ ਜੀ ਜੀ ਨਾਲੇ ਐਡਾ ਵੱਡਾ ਵੀ 600 ਗ੍ਰਾਮ ਦਾ ਮੈਂ ਤੋਲ ਕੇ ਲਿਆਂਦਾ ਦੁਕਾਨ ਤੋਂ ਜੀ ਜੀ ਤੇ 600 ਗ੍ਰਾਮ ਦਾ ਲੱਥਾ ਪਹਿਲੀ ਵਾਰ ਵੇਖਿਆ ਵੀ 600 ਗ੍ਰਾਮ ਦੇ ਅਮਰੂਦ ਹੁੰਦੇ ਸੋ ਇੱਥੇ ਤੁਸੀਂ ਹੁਣ ਇਹ ਨਾ ਸੋਚਿਓ ਵੀ ਇਹ 1 KG ਵਰਾਇਟੀ ਹੋਊਗੀ ਕਿਉਂਕਿ ਜਿਹੜੀ 1 KG ਵਰਾਇਟੀ ਆ ਉਹ ਮਿੱਠੀ ਨਹੀਂ ਹੁੰਦੀ ਉਹ ਸਿਰਫ ਵਰਦੇ ਜਿਹੜੇ ਪੈਲਸਾਂ ਦੇ ਵਿੱਚ ਕੈਟਰਿੰਗ ਵਾਲੇ ਕਿਉਂਕਿ ਉਹ ਮਿੱਠਾ ਨਹੀਂ ਹੁੰਦਾ ਉਹਨਾਂ ਨੇ ਇੱਕ ਵਰਾਇਟੀ ਵਿਖਾਉਣੀ ਹੁੰਦੀ ਹੈ ਸੋ ਆਪਣੇ ਕੋਲ ਜ਼ਿਆਦਾਤਰ ਬੂਟਾ ਬਾਗਾਂ ਕਰਕੇ ਆਉਂਦਾ ਹੈ ਤੇ ਜੇ ਤੁਸੀਂ ਇੱਕ ਬੂਟਾ ਵੀ ਲੈਣਾ ਹੈ ਹਾਈਵੇ ਤੇ ਬੈਠੇ ਹਾਂ ਆਪਾਂ ਤਾਂ ਇੱਕ ਬੂਟਾ ਵੀ ਤੁਹਾਨੂੰ ਅਸੀਂ ਉਹਦੇ ਵਿੱਚੋਂ ਦੇਵਾਂਗੇ ਜਿਹੜਾ ਅਸੀਂ ਬਾਗਾਂ ਦੇ ਵਾਸਤੇ 1000-1000 ਬੂਟਾ ਦੇਣਾ ਹੁੰਦਾ ਹੈ ਸੋ ਇਸ ਕਰਕੇ ਔਰ ਨਾ ਤੁਹਾਨੂੰ ਕੋਈ ਇਹੋ ਜਿਹੀ ਨਰਸਰੀ ਨਹੀਂ ਮਿਲੀ ਹੋਣੀ ਜਿੱਥੇ ਤੁਹਾਨੂੰ ਬੂਟੇ ਲਾਉਣ ਬਾਰੇ ਜਾਣਕਾਰੀ ਦਿੱਤੀ ਹੋਵੇ ਆਪਾਂ ਤਾਂ ਹੁਣ ਤੱਕ ਬੂਟਾ ਹੀ ਉੱਪਰੋਂ ਕੱਟ ਕੇ ਲਾਈ ਗਏ ਹਾਂ ਕਿਸੇ ਨੇ ਦੱਸਿਆ ਹੀ ਨਹੀਂ ਇਹ ਵੀ ਥੱਲੋਂ ਵੀ ਕੱਟ ਕੇ ਲਾਉਣਾ ਤੇ ਆਹ ਚੀਜ਼ਾਂ ਥੱਲੇ ਵੀ ਪੈਣੀਆਂ ਹੁਣ ਕਈ ਯੂਟਿਊਬਰ ਹੈ ਉਹ ਦੂਜਿਆਂ ਦੀ ਵੀਡੀਓ ਵੇਖ ਕੇ ਇੱਕ ਉੱਥੇ ਪਰਸੋਂ ਮੈਂ ਵੀਡੀਓ ਵੇਖ ਰਿਹਾ ਸੀ ਮੇਰਾ ਲਿੰਕ ਵੀ ਉਹਦਾ ਉੱਥੋਂ ਕੈਚ ਕੀਤਾ ਹੈ ਉਹ ਕਹੀ ਜਾ ਵੀ ਇੱਕ ਬੂਟੇ ਨੂੰ 1 ਕਿਲੋ ਯੂਰੀਆ ਪਾਓ ਦੱਸੋ ਮੈਂ ਉਹਦਾ ਨੰਬਰ ਕੱਢ ਕੇ ਕਾਲ ਕੀਤੀ ਮੈਂ ਕਿੱਥੋਂ ਭਾਜੀ ਉਹ ਪਤਾ ਨਹੀਂ ਉਧਰੋਂ ਯੂਪੀ ਤੋਂ ਕੋਈ ਦੱਸਿਆ ਮੈਂ ਤੁਹਾਡਾ ਕੰਮ ਕੀ ਹੈ ਕਹਿੰਦਾ ਸਾਡਾ ਤਾਂ ਕੰਮ ਹੈਗਾ ਆਪਣੇ ਸਪਲਾਈ ਦਾ ਜਿਹੜੇ ਕੁਰਕਰੇ ਵਗੈਰਾ ਕਰਦੇ ਆ ਤੇ ਮੈਂ ਕਿਹਾ ਤੈਨੂੰ ਪਤਾ ਹੀ ਨਹੀਂ ਇਹਦੇ ਬੂਟਿਆਂ ਬਾਰੇ ਤੈਨੂੰ ਕੀ ਲੋੜ ਗੱਲ ਦੱਸਣ ਦੀ ਹੁਣ ਮੈਂ ਦੱਸ ਦਿੰਦਾ ਵੀ ਫਰੂਟ ਵਾਲੇ ਕਿਸੇ ਬੂਟੇ ਨੂੰ ਯੂਰੀਆ ਨਹੀਂ ਪੈਂਦੀ ਜੇ ਤੁਸੀਂ DAP ਵੀ ਪਾਓਗੇ ਤਾਂ ਉਹ ਵੀ ਗੱਲ ਨੋਟ ਕਰ ਲਓ ਵੀਰੋ ਉਹਦੇ ਵਿੱਚ ਵੀ ਗੱਟੇ ਦੇ ਉੱਪਰ ਲਿਖਿਆ ਹੁੰਦਾ ਹੈ 0-18-46 18% ਯੂਰੀਆ ਉਹਦੇ ਵਿੱਚ ਵੀ ਹੈ DAP ਚ ਵੀ ਤੇ ਮੈਂ ਕਹਿੰਦਾ ਵੀ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦਾ ਹਾਂ ਇਹ ਡਾਕਟਰ ਸਾਹਿਬ ਨੇ ਇਹ ਹੁਣ ਡਾਕਟਰੀ ਦੇ ਵਿੱਚ ਹੀ ਇੰਨੀ ਉਮਰ ਹੋ ਗਈ ਇਹਨਾਂ ਦੀ ਤੇ ਜਿਹੜੀ ਕੈਂਸਰ ਟ੍ਰੇਨ ਚੱਲਦੀ ਨਾ ਬਠਿੰਡੇ ਨੂੰ ਉਹ ਕਾਰਨ DAP ਦਾ ਸਾਰਾ ਕਿਉਂਕਿ DAP ਦੇ ਵਿੱਚ ਜਿਹੜੇ ਅੰਸ਼ ਹੈ ਉਹ ਸਿੱਧਾ ਕੈਂਸਰ ਤੇ ਛੋਟੇ ਛੋਟੇ ਬੱਚਿਆਂ ਨੂੰ ਕੈਂਸਰ ਹੋਈ ਪਈ ਹੈ ਸੋ ਇਸ ਕਰਕੇ ਇੱਥੇ ਕੀ ਕਰਦੇ ਗੁਆਂਢੀ ਦੇ ਵੇਖਦੇ ਵੀ ਗੱਟਾ ਪਾਇਆ ਤਾਂ ਮੇਰੇ ਖਿਆਲ ਕਈਆਂ ਨੇ ਹੁਣ ਦੋ ਗੱਟੇ ਪਾਈਏ ਕਣਕ ਬੀਜਣ ਲੈਣਾ ਹਾਲੇ ਰੁਕਣਾ ਨੀ ਜਦੋਂ ਖੀਰਲਾ ਪਾਣੀ ਸਿੱਟਾ ਆਇਆ ਨਾ ਇਹਨਾਂ ਅੱਧਾ ਗੱਟਾ ਫਿਰ ਪਾਉਣੀ ਹੈ ਤੇ 3 ਟਾਈਮ ਵੀਰੋ ਆਪਾਂ ਰੋਟੀ ਖਾਈਦੀ ਹੈ ਸਭ ਤੋਂ ਘਾਤਕ DAP ਹੈ ਜੇ ਆਪਾਂ DAP ਪਾ ਕੇ ਫਰੂਟ ਖਾਣਾ ਤੇ ਫਿਰ ਉਹਦੇ ਨਾਲ ਤਾਂ ਬੂਟੇ ਨਾ ਲਾਓ ਤੁਸੀਂ ਵੀਰੇ ਸਾਡੇ 4 ਘਾਟ ਵਿਕ ਜਾਣਗੇ ਪਰ ਤੁਹਾਡੀ ਜ਼ਿੰਦਗੀ ਤਾਂ ਸਲਾਮਤ ਰਹੂਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕੋਈ ਠੱਗੀ ਨਹੀਂ ਕੋਈ ਠੋਰੀ ਨਹੀਂ ਜੋ ਗੱਲਾਂ ਨੇ ਸਪਸ਼ਟ ਹੈ ਜਿਹੜੀ ਚੀਜ਼ ਦੇਵਾਂਗੇ ਉਹੀ ਤੁਹਾਡੇ ਸਾਹਮਣੇ ਹੈ ਸੋ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਇੱਕ ਜ਼ਿਮੀਦਾਰ ਭਰਾਵਾਂ ਵਾਸਤੇ ਨਰਸਰੀ ਖੋਲ੍ਹੀ ਹੈ ਸੋ ਇੱਥੇ ਆਓ ਇੱਕ ਮੈਂ ਗੱਲ ਹੋਰ ਦੱਸਦਾ ਸਾਡੇ ਜਿਵੇਂ ਆਲੂ ਬੁਖਾਰਾ ਹੈ ਨਾਸ਼ਪਾਤੀ ਹੈ ਬੱਗੂ ਗੋਸ਼ਾ ਹੈ ਕੁਛ ਹੋਰ ਜਿਹੜੀ ਵਰਾਇਟੀਆਂ ਉਹਦੇ ਬਾਰੇ ਤੁਹਾਨੂੰ ਫਿਰ ਜਾਣਕਾਰੀ ਮੈਂ ਦਿਆਂਗਾ ਵੀ ਉਹ ਕਿਹੜੀ ਜੜ੍ਹ ਤੇ ਤਿਆਰ ਕੀਤੇ ਹੈ ਇੱਥੇ ਜ਼ਿਆਦਾ ਜਿਹੜੇ ਲੋਕ ਤਰਾਊ ਬਰਾਊ ਹੈ ਨਾ ਉਹ ਕਲਮੀ ਬੂਟੇ ਵਿੱਚ ਜਾਂਦੇ ਆ ਫਿਰ ਕਲਮੀ ਬੂਟੇ ਥੱਲੇ ਜੜ੍ਹ ਨਹੀਂ ਬਣਦੀ ਕਦੇ ਵੀ ਅਸੀਂ ਪਹਿਲਾਂ ਜੜ੍ਹ ਬਣਾਉਂਦੇ ਹਾਂ ਫਿਰ ਬੂਟਾ ਤਿਆਰ ਹੁੰਦਾ ਤੁਸੀਂ ਆ ਕੇ ਮੇਰੀ ਨਰਸਰੀ ਵੇਖਿਓ ਕਈ ਵਾਰੀ ਤੇ ਹੁਣ ਇਦੋਂ ਦੀ ਜਿਹੜੀ ਆਪਾਂ ਕਾਰਵਾਈ ਹੈ ਬੂਟਾ ਜਿਹੜਾ ਲਾਉਣਾ ਹੈ ਇਹ ਆਪਾਂ ਵੀਡੀਓ ਹੁਣ ਅਲੱਗ ਤੋਂ ਪਾ ਦੇਣੀ ਹੈ ਕਿਉਂਕਿ ਲੰਬੀ ਹੋ ਗਈ ਹੈ ਤੇ ਵੀਡੀਓ ਬਣਨੀ 20-25 ਮਿੰਟ ਦੀ ਫਿਰ ਇਹ ਆਪਾਂ ਨੂੰ ਲੋਕ ਵੇਖਦੇ ਨੇ ਕਿ ਵੀਡੀਓ ਲੰਬੀ ਹੋ ਗਈ ਇਹ ਤੁਹਾਨੂੰ ਜਾਣਕਾਰੀ ਅੱਜ ਇਹ ਭਾਜੀ ਨਾਲ ਖੜੇ ਨੇ ਪਿੰਡ ਬੂਰਵਾਲਾ ਤੋਂ ਨੇ ਇੱਕੋ ਬਲਾਕ ਦੇ ਅਸੀਂ ਬੰਦੇ ਹਾਂ ਪਰ ਮੈਂ ਇੱਕ ਗੱਲ ਹੋਰ ਦੱਸਦਾ ਜਦੋਂ ਕਿਸੇ ਦੀ ਚੀਜ਼ ਚੰਗੀ ਨਿਕਲਦੀ ਨਾ ਉਦੋਂ ਵਾਲਾ ਨਾਲ ਖੜ ਕੇ ਬੋਲਦਾ ਹੈ ਬਿਲਕੁਲ ਜੇ ਅੰਕਲ ਜੀ ਤੁਹਾਡੇ ਮੰਨ ਲਓ ਪਲਾਂਟ ਦੇ ਨਾਲ ਫਰੂਟ ਨਾ ਲੱਗਦਾ ਅੱਜ ਇੱਕ ਕੱਟਿਓ ਜੀ ਤਾਂ ਤੁਸੀਂ ਨਾਲ ਲਾ ਕੇ ਖੜਨੇ ਤੁਸੀਂ ਮੇਰੇ ਥੱਲੇ ਕਮੈਂਟ ਹੀ ਗਲਤ ਕਰਨਾ ਸੀ ਜਦੋਂ ਫੇਸਬੁੱਕ ਤੇ ਮੈਂ ਵੀਡੀਓ ਪਾਉਂਦਾ ਹਾਂ ਬਿਲਕੁਲ ਸੋ ਕਮੈਂਟ ਵੀ ਸਾਡੇ ਪੜ ਲਿਆ ਕਰੋ ਇੱਕ ਦੋ ਵੀ ਨਹੀਂ ਆਪਣੇ ਦਾਗੇ ਕੋਈ ਸ਼ਰਾਰਤੀ ਅਨਸਰ ਕੋਈ ਕਰਦਾ ਤੇ ਗੱਲ ਵੱਖਰੀ ਨਹੀਂ ਬਾਕੀ ਆਪਣੇ 90% ਜਿਹੜੇ ਜਿੰਨੇ ਵੀ ਹੈ ਬੂਟੇ ਗਏ ਹੈ ਉਹਨਾਂ ਦੇ ਵਧੀਆ ਪੋਜ਼ਿਟਿਵ ਰਿਜ਼ਲਟ ਹੈ ਸੋ ਆਓ
ਆਪਣੇ ਵਾਸਤੇ ਫਰੂਟ ਖਾਓ, ਨਾਲੇ ਛਾਂ ਵੀ ਦੇਣੀ ਹੈ ਕਿਉਂ ਜੀ, ਨਾਲੇ ਛਾਂ ਲਾਓ ਨਾਲੇ ਫਰੂਟ ਖਾਓਗੇ ਨਾਲੇ ਵਾਤਾਵਰਨ ਸਹੀ ਹੋਊਗਾ ਲੋਕਾਂ ਦੇ ਵਾਸਤੇ, ਤੀਰਾ ਫਾਇਦਾ ਜੀ 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 ਹਾਂ ਤੀਰਾ ਫਾਇਦਾ ਜੀ ਤੀਰਾ ਫਾਇਦਾ। ਸੋ ਇਸ ਕਰਕੇ ਹੁਣ ਬੂਟੇ ਲਾਉਣ ਦਾ ਟਾਈਮ ਹੈ, ਫਰਵਰੀ ਚੱਲ ਰਹੀ ਹੈ ਤੇ ਚਲੋ ਬੂਟਾ ਤਾਂ ਹੁਣ ਅੱਗੇ ਲੱਗੀ ਜਾਣਾ ਜੀ 2024 ਦੇ ਅਕਤੂਬਰ ਤੱਕ। ਸੋ ਹਾਂ ਹਾਂ ਸੋ ਇਸ ਕਰਕੇ ਹੁਣ ਟਾਈਮ ਹੈ ਤਾਂ ਬੂਟੇ ਲਾਓ ਤੇ ਆਓ ਇੱਕ ਵਾਰ, ਸਾਰਾ ਡਰੈਸ ਉੱਪਰ ਫਲੈਸ਼ ਹੋ ਰਿਹਾ, ਤੁਸੀਂ ਉੱਥੇ ਪੀਰ ਮੁਹੰਮਦ ਨਰਸਰੀ ਆਪਣੀ ਫਿਰੋਜ਼ਪੁਰ ਫਾਜ਼ਿਲਕਾ ਫਿਰੋਜ਼ਪੁਰ ਸੋਰੀ ਜਲਾਲਾਬਾਦ ਫਿਰੋਜ਼ਪੁਰ ਰੋਡ ਤੇ ਪਿੰਡ ਪੀਰ ਮੁਹੰਮਦ ਗੁਰਦੁਆਰਾ ਸਾਹਿਬ ਫੱਤੂ ਸਮੂਹ ਟਾਹਲੀਆਂ, ਟਾਹਲੀ ਪੀਰ ਵੀ ਕਹਿੰਦੇ ਆ ਗੁਰਦੁਆਰਾ ਸਾਹਿਬ। ਸੋ ਆਓ ਇੱਕ ਵਾਰ ਜ਼ਰੂਰ, ਤੁਸੀਂ ਵੇਟ ਕਰੋ, ਤੁਹਾਨੂੰ ਅਸੀਂ ਨਿਰਾਸ਼ ਨਹੀਂ ਹੋਣ ਦਾਂਗੇ। ਸਭ ਤੋਂ ਵੱਡਾ ਤੁਹਾਡਾ ਜਿਹੜਾ ਵਿਸ਼ਵਾਸ ਹੈ ਸਾਡੇ 'ਤੇ, ਉਹ ਨਹੀਂ ਟੁੱਟਣ ਦਿਆਂਗੇ ਅਸੀਂ, ਕਿਉਂਕਿ ਸਾਡੇ ਵਿਸ਼ਵਾਸ ਟੁੱਟੇ ਹੋਏ। ਕਿਸੇ ਟਾਈਮ ਅਸੀਂ ਵੀ 5-7 ਬੂਟੇ ਮਾਲੀ ਤੋਂ ਲਵਾਏ ਸੀ ਤੇ ਉਹਨੇ ਕਿਹਾ ਵੀ ਆਹ ਥੱਲੇ ਦਵਾਈ ਪੈਣੀ ਹੈ ਜਿਵੇਂ ਉਹ ਪੁੜੀਆਂ ਜੀ ਪਾਉਂਦੇ ਆ ਕਰ ਕੁਰ ਕੇ ਸਾਰਾ, ਤਾਂ ਕਹਿੰਦਾ ਵੀ 1000 ਰੁਪਇਆ ਬੂਟਾ ਪਾਊਗਾ। ਤੇ ਬਾਊ ਜੀ ਸਾਲ ਕੁ ਇੱਥੇ ਰਿਹਾ ਮਾਲੀ, 3 ਸਾਲਾਂ ਬਾਅਦ ਫਰੂਟ ਆ ਸਾਰੀ ਖੱਟੀਆਂ ਲੱਗ ਗਈਆਂ ਡਾਕਟਰ ਸਾਹਿਬ। ਸੋ ਜਦੋਂ ਖੱਟੀਆਂ ਲੱਗੀਆਂ ਤੇ ਬੰਦੇ ਨੂੰ ਮਨ ਨੂੰ ਦੁੱਖ ਬੜਾ ਹੋਇਆ, ਅਸਲ 'ਚ ਨਰਸਰੀ ਪੈਦਾ ਹੀ ਉੱਥੋਂ ਹੋਈ ਹੈ, ਸਹੀ ਪੁੱਛੋ ਜਿਹੜੀ ਹੈ ਉੱਥੋਂ ਪੈਦਾ ਹੋਈ ਹੈ ਜਿਹੜੀ ਕਿਨੂੰ ਖੱਟੀਆਂ ਬਣੀਆਂ। ਸੋ ਇਸ ਕਰਕੇ ਉਹ ਚੰਗਾ ਹੀ ਹੋਇਆ ਕਾਰਨ ਬਣਾ ਜੀ ਜੀ ਇੱਥੇ ਹੁਣ ਹਾਂ ਉਹ ਚੰਗਾ ਹੀ ਹੋਇਆ। ਸੋ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਤੁਹਾਡੇ ਕਿਨੂੰ ਨਿਕਲਣਗੇ, ਕਿਨੂੰ ਦੀਆਂ ਖੱਟੀਆਂ ਨਹੀਂ ਬਣਦੀਆਂ ਜੇ ਤੋਂ ਬੂਟਾ ਲਾਓਗੇ ਤਾਂ, ਸਾਰੇ ਬੂਟੇ ਆਪਣੇ ਕੋਲ ਮਚਿਓਰ ਹੈ। ਸੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰਿਓ, ਜਾਣਕਾਰੀ ਵੀ ਤੁਹਾਨੂੰ ਦਿੱਤੀ ਹੈ। ਬਾਕੀ ਸਾਨੂੰ ਤੁਸੀਂ ਕਿਸੇ ਨੇ ਕਾਲ ਕਰਨੀ ਤਾਂ 7 ਵਜੇ ਤੋਂ ਬਾਅਦ ਸ਼ਾਮ ਨੂੰ ਕਾਲ ਕਰਿਆ ਕਰੋ, ਉਦੋਂ ਅਸੀਂ ਫ੍ਰੀ ਹੁੰਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਇਹਨਾਂ ਚੈਨਲ ਨੂੰ ਪਿਆਰ ਦਿੰਦੇ ਹੋ, ਮਿਹਰਬਾਨੀ, ਸ਼ੁਕਰੀਆ ਜੀ।